सारिआं नूं सति श्री अकाल जी, परमजीत सिद्धू दी किचन दे विच तुहाडा बहुत बहुत स्वागत है। वीवरस, अज आपां आए हां एप्पल जूस दी वीडियो लैके, जिहड़ी कि हैल्दी है, टेस्टी है, बनाउण दे विच आसान है। तां आओ फिर आपां बनाईए एप्पल जूस। एप्पल जूस बनाउण वास्ते आपां 3 एप्पल लै ले आ, तां विच पावांगे थोड़ा जिहा आपां पानी पावांगे, थोड़ा जिहा आपां काला नमक पावांगे, तां नाल आपां 3 चम्मच चीनी दे लै ले आ। सब तों पहलां जिहड़े इहनां नूं एप्पल नूं आपां छिल लांगे, पील ऑफ कर लांगे। ਵਿਵਰਸ, ਵੀਡੀਓ ਦੇ ਚਲਦੇ ਚਲਦੇ ਮੇਰੀ ਵੀਡੀਓ ਨੂੰ ਲਾਈਕ ਵੀ ਕਰ ਦਿਓ ਅਤੇ ਪਲੀਜ਼ ਫੈਮਿਲੀ ਫਰੈਂਡ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਔਰ ਜੋ ਵੀਵਰਸ ਮੇਰੇ ਚੈਨਲ 'ਤੇ ਫਸਟ ਟਾਈਮ ਵੀਡੀਓ ਵੇਖ ਰਹੇ ਆ, ਪਲੀਜ਼ ਉਹਨਾਂ ਨੂੰ ਰਿਕੁਐਸਟ ਹੈ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ। ਹੁਣ ਜਿਹੜੇ ਹੈਗੇ ਆ ਵਿੱਚੋਂ ਆਪਾਂ ਬੀਜ ਵਾਲਾ ਹਿੱਸਾ ਅਲੱਗ ਕਰ ਲਾਂਗੇ ਸੇਬਾਂ ਦਿਓ, ਅਤੇ ਇਹਨਾਂ ਦੇ ਛੋਟੇ ਛੋਟੇ ਪੀਸ ਕਰ ਲਾਂਗੇ ਆਪਾਂ। ਲਓ ਜੀ, ਸੇਬਾਂ ਨੂੰ ਆਪਾਂ ਰਫਲੀ ਜਿਹਾ ਨਾ ਇੱਕ ਵਾਰੀ ਛੋਟੇ ਛੋਟੇ ਪੀਸਾਂ ਦੇ ਵਿੱਚ ਕਟਿੰਗ ਕਰ ਲਿਆ ਸਾਰਿਆਂ ਨੂੰ, ਤਿੰਨਾਂ ਨੂੰ ਹੀ। ਅਤੇ ਹੁਣ ਇਹ ਪਾ ਦਾਂਗੇ ਆਪਾਂ ਮਿਕਸੀ ਦੇ ਜੂਸਰ ਵਾਲੇ ਜਾਰ ਦੇ ਵਿੱਚ। 3 ਚਮਚ ਚੀਨੀ, ਟੇਸਟ ਅਨੁਸਾਰ ਕਾਲਾ ਨਮਕ, ਅਤੇ ਅੱਧਾ ਕੁ ਗਲਾਸ ਆਪਾਂ ਪਾਵਾਂਗੇ ਪਾਣੀ ਦਾ। ਲਓ ਜੀ, ਆਪਾਂ ਇਹਨੂੰ ਪੂਰੀ ਤਰ੍ਹਾਂ ਵਧੀਆ ਪਿਊਰੀ ਬਣਾ ਲਈ ਹੈ, ਜੂਸ ਬਣਾ ਲਿਆ। ਜੂਸ ਬਣਾ ਕੇ ਹੁਣ ਇਹਨੂੰ ਆਪਾਂ ਕਿਸੇ ਬਰਤਨ ਦੇ ਵਿੱਚ ਛਾਣ ਲਾਂਗੇ। ਭਾਵੇਂ ਤਾਂ ਇਹਦੇ ਵਿੱਚ ਪਹਿਲਾਂ ਹੀ ਥੋੜ੍ਹਾ ਜਿਹਾ ਪਾਣੀ ਮਿਕਸ ਕਰ ਲਓ, ਅਤੇ ਭਾਵੇਂ ਇਹਨੂੰ ਥਿੱਕ ਨੂੰ ਹੀ ਆਪਾਂ ਛਾਣ ਕੇ, ਅਤੇ ਬਾਅਦ 'ਚ ਜ਼ਰੂਰਤ ਅਨੁਸਾਰ ਆਪਾਂ ਪਾਣੀ ਮਿਕਸ ਕਰ ਲਾਂਗੇ ਹੋਰ। ਜਿਹੜਾ ਅੱਧਾ ਗਲਾਸ ਪਾਣੀ ਹੈ ਇਹਦੇ ਆਪਾਂ ਜੂਸਰ 'ਚੋਂ ਵੀ ਪਾ ਕੇ ਚੰਗੀ ਤਰ੍ਹਾਂ ਪਲਪ ਸਾਰਾ ਕੱਢ ਲਾਂਗੇ। ਪਲੇਟ 'ਚ ਥੋੜ੍ਹੀ ਚੀਨੀ ਪਾ ਲਈ, ਅਤੇ ਥੋੜ੍ਹਾ ਥੋੜ੍ਹਾ ਆਪਾਂ ਕਾਲਾ ਨਮਕ ਵੀ ਪਾ ਲਾਂਗੇ ਕਿਤੇ ਕਿਤੇ। ਐਪਲ ਜੂਸ ਬਣ ਕੇ ਆਪਣੇ ਕੋਲ ਰੈਡੀ ਹੈ, ਜਿਹੜਾ ਹੈਲਦੀ ਹੈ, ਟੇਸਟੀ ਕ੍ਰਿਸਪੀ ਹੈ, ਬਣਾਉਣ ਦੇ ਵਿੱਚ ਬਹੁਤ ਆਸਾਨ ਹੈ। ਵੀਵਰਸ, ਅਗਰ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਇਹਨੂੰ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ, ਔਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਵੀ ਤੁਹਾਨੂੰ ਐਪਲ ਜੂਸ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ। ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ।